ਪਰ ਜਿਹੜਾ ਅੱਜ ਕੱਲ੍ਹ ਮੈਂ ਸੁਣ ਰਿਹਾ ਘਬਰਾਹਟ ਦੇਖ ਰਿਹਾ, ਹੁਣ ਤਾਂ ਸਿੱਧਾ ਹੀ ਇੱਕ ਧਰਮ 'ਤੇ ਹਮਲਾ ਕਰਨ ਲੱਗ ਗਏ, ਜਿਹੜੀ ਬੀਜੇਪੀ ਹੈ ਅਤੇ ਜਿਹੜੀਆਂ ਨੈਸ਼ਨਲ ਪਾਰਟੀਆਂ ਸਹੀ ਮਣੇ 'ਤੇ ਓਸ਼ਨ ਵੋਟਾਂ ਲੈਣ ਵਾਸਤੇ ਲੜਦੀਆਂ, ਜਿੱਤਣ ਵਾਸਤੇ ਲੜਦੀਆਂ, ਦੇਸ਼ ਵਾਸਤੇ ਨਹੀਂ ਲੜਦੀਆਂ, ਦੇਸ਼ ਦੀ ਯੂਨਿਟੀ ਵਾਸਤੇ ਨਹੀਂ ਲੜਦੀਆਂ। ਉਹਨਾਂ ਨੂੰ ਕੋਈ ਫਿਕਰ ਨਹੀਂ ਕਿ ਇੱਕ ਧਰਮ ਨੂੰ ਦੂਜੇ ਨਾਲ ਲੜਾ ਦਿਓ, ਉਹਨਾਂ ਨੂੰ ਤਾਂ ਇਕੱਲਾ ਹੈ ਕਿ ਵੋਟ ਸਾਡੇ ਕੋਲ ਆ ਜਾਏ। ਹੁਣ ਪ੍ਰਧਾਨ ਮੰਤਰੀ ਕਹਿਣ ਲੱਗ ਗਿਆ ਕਿ ਜੇ ਤੁਸੀਂ ਦੂਜਿਆਂ ਨੂੰ ਵੋਟਾਂ ਪਾਓਗੇ, ਬੀਜੇਪੀ ਨੂੰ ਨਹੀਂ ਵੋਟਾਂ ਪਾਓਗੇ, ਤੁਹਾਡੇ ਮੰਗਲ ਸੂਤਰ ਖੋਲ੍ਹ ਲੈਣਗੇ। ਯਾਰ 70 ਸਾਲ ਹੋ ਗਏ, ਉਹ ਹਾਲੇ ਤੱਕ ਨਹੀਂ ਖੋਏ ਅਤੇ ਹੁਣ ਕਿੱਥੋਂ ਖੋਲ੍ਹ ਲੈਣਗੇ। ਹੁਣ ਕਹਿਣ ਲੱਗੇ ਕਿ ਜੇ ਤੁਸੀਂ ਮੈਨੂੰ 400 ਨਾ ਦਿੱਤਾ ਸੀਟਾਂ, ਰਾਮ ਮੰਦਿਰ ਜੀ ਨੂੰ, ਮੰਦਿਰ ਪਵਿੱਤਰ ਸਥਾਨ ਆ ਉਹਨੂੰ ਢਾ ਦੇਣਗੇ। ਇਹ ਜੀ ਗੱਲ ਪ੍ਰਧਾਨ ਮੰਤਰੀ ਬੋਲਣ, ਮੈਨੂੰ ਲੱਗਦਾ ਅਗਲੀ ਵਾਰੀ ਖਾਲਸਾ ਜੀ ਤੁਹਾਡੀ ਹੈ। ਮੈਨੂੰ ਲੱਗਦਾ ਉਹਨਾਂ ਨੇ ਆਉਣਾ ਹੁਣ 23 ਤਰੀਕ ਤੋਂ ਬਾਅਦ ਇੱਥੇ ਆਪਣੇ ਪੰਜਾਬ 'ਚ। ਦੇਸ਼ ਸਾਰਿਆਂ ਦਾ, ਭਾਵੇਂ ਕਿਸੇ ਧਰਮ ਦੀ 1% ਆਬਾਦੀ ਹੈ, ਭਾਵੇਂ ਕਿਸੇ ਧਰਮ ਦੀ 5% ਆਬਾਦੀ ਹੈ, 17% ਆਬਾਦੀ ਹੈ ਜਾਂ 70% ਆਬਾਦੀ ਹੈ, ਸਭ ਤੋਂ ਵੱਧ ਦੇਸ਼ ਵਿੱਚ ਕੁਰਬਾਨੀਆਂ ਕਰਨ ਵਾਲੇ ਤੁਸੀਂ ਹੋ। ਦੇਸ਼ ਆਜ਼ਾਦ ਹੋਇਆ, ਤੁਸੀਂ ਇਤਿਹਾਸ ਦੇ ਪੜ੍ਹ ਲਓ, ਕਾਲਾ ਪਾਣੀ ਜਿਹੜੇ ਰੱਖੇ ਗਏ ਸੀ ਅੰਗਰੇਜ਼ਾਂ ਨੇ ਕੈਦੀ, 90% ਆਪਣੇ ਸਿੱਖ ਸੀ, ਆ ਫਾਂਸੀ ਚੜ੍ਹਾਏ ਗਏ 85% ਤੋਂ ਵੱਧ ਆਪਣੇ ਖਾਲਸਾ ਪੰਥ ਦੇ ਸੂਰਮੇ ਸੀ, ਦੇਸ਼ ਵੰਡਿਆ ਗਿਆ, ਆਪਣੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਕਤਲ ਕੀਤਾ ਗਿਆ। ਜਦੋਂ ਵੀ ਜੰਗਾਂ ਲੜਦੀਆਂ ਬੰਬ ਆਪਣੇ 'ਤੇ ਸਿੱਟੇ ਜਾਂਦੇ ਆ, ਅਤੇ ਫਿਰ ਆਪਣੇ ਸੂਬੇ ਨਾਲ ਵਿਤਕਰਾ, ਆਪਣੇ ਲੋਕਾਂ ਨਾਲ ਵਿਤਕਰਾ। ਮੈਂ ਪੁੱਛਣਾ ਚਾਹੁੰਦਾ, ਇਕੱਲਾ ਪੰਜਾਬ ਹੈ ਸੂਬਾ ਜਿਹਦਾ ਕੋਈ ਕੈਪੀਟਲ ਨਹੀਂ ਹੈ, ਰਾਜਧਾਨੀ ਨਹੀਂ ਹੈ। ਹੁਣ ਮੈਂ ਵਿਤਕਰਾ ਦੱਸਦਾ ਕਿਵੇਂ ਦਿੱਲੀ ਦੀਆਂ ਪਾਰਟੀਆਂ ਵਿਤਕਰਾ ਕਰਦੀਆਂ। ਸ਼ਾਇਦ ਮੈਨੂੰ ਲੱਗਦਾ 90% ਲੋਕਾਂ ਨੂੰ ਪਤਾ ਨਹੀਂ ਕਿ ਦੁਨੀਆ ਦਾ ਕਾਨੂੰਨ ਹੈ, ਆਪਣੇ ਦੇਸ਼ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਦਰਿਆ ਵਗਦੇ ਆ ਸਾਰਾ ਪਾਣੀ ਦਾ ਹੱਕ ਉਹਨਾਂ ਦਰਿਆਵਾਂ ਦਾ ਉਸੇ ਸੂਬੇ ਦਾ ਹੈ, ਹੋਰ ਕਿਤੇ ਸੂਬੇ ਦਾ ਨਹੀਂ ਹੈ। ਆਪਣੇ ਵਿੱਚੋਂ ਦਰਿਆ ਟੱਪਦੇ ਆ, ਪਰ ਜਦੋਂ ਕਾਂਗਰਸ ਦੀ ਸੈਂਟਰ ਦੀ ਸਰਕਾਰ ਬਣੀ ਪਹਿਲੇ 40-50 ਸਾਲ ਪਹਿਲੇ, ਉਹਨਾਂ ਨੇ ਹਰਿਆਣੇ ਦੇ ਰਾਜਸਥਾਨ ਦੇ ਲੋਕਾਂ ਨੂੰ ਕੁਛ ਕਰਨਾ ਸੀ, ਕੀ ਕੀਤਾ? ਸੈਂਟਰ 'ਚ ਵੀ ਉਦੋਂ ਕਾਂਗਰਸ ਦਾ ਰਾਜ ਸੀ ਅਤੇ ਪੰਜਾਬ 'ਚ ਵੀ ਕਾਂਗਰਸ ਦਾ ਰਾਜ ਸੀ। ਜਿੰਨਾ ਦਰਿਆਵਾਂ ਦਾ ਪਾਣੀ ਹੈ, ਅੱਧਾ ਪਾਣੀ ਰਾਜਸਥਾਨ ਨੂੰ ਦਿੱਤਾ, ਦੇਖੋ ਅੱਧਾ ਪਾਣੀ ਰਾਜਸਥਾਨ ਨੂੰ ਦਿੱਤਾ। ਉਹਦੇ ਬਾਅਦ ਫਿਰ ਤੋਂ ਧੱਕਾ ਕੀਤਾ ਇਹਨਾਂ ਨੇ, ਅਤੇ ਪੰਜਾਬ ਦਾ ਜਿਹੜਾ ਅੱਧਾ ਬਚਿਆ ਸੀ ਉਹਦਾ ਅੱਧਾ ਹਰਿਆਣੇ ਨੂੰ ਦੇਤਾ।
ਅੱਜ ਜਿਹੜਾ ਆਪਣੇ ਕੋਲ ਪਾਣੀ ਹੈ, ਜਿਹੜੇ ਦਰਿਆ ਵਗਦੇ ਹੈ, 25% ਆਪਣੇ ਕੋਲ, 25% 75 ਦੂਜੇ ਸੂਬਿਆਂ ਕੋਲ ਜਾਂਦਾ। ਆਪਾਂ ਨੂੰ ਮਜਬੂਰਨ ਹੁਣ ਟਿਊਬਵੈੱਲ ਲਾਉਣੇ ਪੈਂਦੇ ਹੈ। ਆਪਣਾ ਪਾਣੀ 1000 ਫੁੱਟ 'ਤੇ ਚਲਾ ਗਿਆ, ਹੋਊਗਾ ਕੀ ਆਪਾਂ ਵੀ ਰਾਜਸਥਾਨ ਬਣ ਜਾਂਗੇ 15-20 ਸਾਲਾਂ ਨੂੰ? ਆਹ ਫਰਕ ਹੈ ਦਿੱਲੀ ਵਾਲੀਆਂ ਪਾਰਟੀਆਂ ਅਤੇ ਪੰਜਾਬ ਦਾ। ਆਹ ਤਾਂ ਅਕਾਲੀ ਦਲ ਜਿਹਨੇ ਲੜਾਈਆਂ ਲੜੀਆਂ, ਨਹੀਂ ਤਾਂ ਸਾਰਾ ਪਾਣੀ ਚਲੇ ਜਾਣਾ ਸੀ। ਅਕਾਲੀ ਦਲ ਤੁਹਾਡੀ ਖੇਤਰੀ ਪਾਰਟੀ ਹੈ, ਤੁਹਾਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ, ਤੁਹਾਡੇ ਬਜ਼ੁਰਗਾਂ ਨੇ ਇਸ ਪਾਰਟੀ ਨੂੰ ਖੜਾ ਕਰਨ ਵਾਸਤੇ ਸ਼ਹਾਦਤਾਂ ਵੀ ਦਿੱਤੀਆਂ, ਜੇਲ੍ਹਾਂ 'ਚ ਵੀ ਗਏ ਹੈ, ਮੋਰਚਿਆਂ 'ਚ ਵੀ ਗਏ ਹੈ, ਡਾਂਗਾਂ ਵੀ ਖਾਧੀਆਂ। ਆ ਖਾਲਸਾ ਜੀ ਤੁਹਾਡੀ ਕੌਮ ਦੀ ਫੌਜ ਹੈ। ਹੁਣ ਜਿਹੜੇ ਸੂਬੇ ਦੀ ਫੌਜ ਤਕੜੀ ਹੋਏ, ਉਸ ਸੂਬੇ ਨੂੰ ਕੋਈ ਤੰਗ ਨਹੀਂ ਕਰ ਸਕਦਾ। ਪਰ ਤੁਸੀਂ ਦੇਖਿਆ, ਤੁਸੀਂ ਕਮਜ਼ੋਰ ਕਰਤਾ ਅਕਾਲੀ ਦਲ ਨੂੰ, ਕਮਜ਼ੋਰ ਕਰਤਾ। ਇਹਨਾਂ ਨੇ ਦਿੱਲੀ ਵਾਲੀਆਂ ਪਾਰਟੀਆਂ ਨਾਲ ਗੱਲਾਂ 'ਚ ਆ ਗਏ, ਜਿਹੜਾ ਆਉਂਦਾ ਝੂਠ ਬੋਲ ਲੈਂਦਾ, ਤੁਸੀਂ ਉਹਨਾਂ ਦੀ ਅੱਖਾਂ 'ਚ ਗੱਲਾਂ 'ਚ ਲੱਗ ਜਾਂਦੇ ਹੋ ਅਤੇ ਨੁਕਸਾਨ ਹੀ ਆਪਾਂ ਆਪਣਾ ਕਰਾ ਦਿੰਦੇ ਹਾਂ। ਤੁਸੀਂ ਸਾਰੇ ਜਾਣਦੇ ਹੋ ਕਿ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਹਨੇ ਸਭ ਤੋਂ ਵੱਡਾ ਨੁਕਸਾਨ ਆਪਣੇ ਕੌਮ ਦਾ ਕੀਤਾ ਹੈ। ਪਰ ਆਪਾਂ ਹਟਦੇ ਨਹੀਂ ਉਹਨਾਂ ਨੂੰ ਵੋਟਾਂ ਪਾਉਣ ਵਾਸਤੇ। ਹੁਣ 1 ਜੂਨ ਹੈ, ਵੋਟਾਂ ਪੈਣੀਆਂ, ਪਰ ਕਿਤੇ ਯਾਦ ਕਰੋ 1 ਜੂਨ 40 ਸਾਲ ਪਹਿਲੇ ਕੀ ਹੋਇਆ ਸੀ। ਉਹੀ ਦਿਨ 1 ਜੂਨ 40 ਸਾਲ ਪਹਿਲੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀ। ਪਰ ਦੁੱਖ ਲੱਗਦਾ ਜਦੋਂ ਫਿਰ ਵੀ ਆਪਾਂ ਕਾਂਗਰਸ ਨੂੰ ਵੋਟਾਂ ਪਾ ਦਿੰਦੇ ਹਾਂ। 3 ਵਾਰ ਸਰਕਾਰ ਕਾਂਗਰਸ ਦੀ ਬਣਾਤੀ ਉਹਦੇ ਬਾਅਦ, 1 ਉਹ ਜੂਨ ਦਾ ਮਹੀਨਾ 40 ਸਾਲ ਪਹਿਲੇ ਯਾਦ ਕਰੋ ਜਦੋਂ ਹਜ਼ਾਰਾਂ ਸਿੱਖ ਭੈਣ ਭਰਾਵਾਂ ਨੂੰ ਕਾਨਪੁਰ, ਨਾਗਪੁਰ, ਦਿੱਲੀ ਕਤਲ ਕਰਤਾ ਸੀ, ਹਲੇ ਤੱਕ ਇਨਸਾਫ਼ ਨਹੀਂ ਦੇਣ ਦਿੱਤਾ ਆ ਦਿੱਲੀ ਵਾਲੀਆਂ ਪਾਰਟੀਆਂ ਨੇ, ਅਤੇ ਫਿਰ ਵੀ ਆਪਾਂ ਉਹਨਾਂ ਨੂੰ ਵੋਟਾਂ ਪਾ ਦਿੰਦੇ ਹਾਂ। ਫਿਰ ਆਪਣੀ ਕੌਮ ਜਿਹੜੀ ਕਹੀ ਜਾਂਦੀ ਸੀ ਬਹਾਦਰ ਕੌਮ, ਫਿਰ ਉਹ ਕਿੱਧਰ ਗਈ ਬਹਾਦਰੀ? ਹੁਣ ਜਿਵੇਂ ਡਿੰਪੀ ਜੀ ਨੇ ਜ਼ਿਕਰ ਕੀਤਾ, ਮੈਂ ਸੁਣ ਰਿਹਾ ਸੀ ਭਾਸ਼ਣ, ਤੁਹਾਨੂੰ ਆਹ ਜਿਹੜਾ ਇਲਾਕਾ ਨਾ, ਜਿਹੜੇ ਬਜ਼ੁਰਗ ਬੈਠੇ ਹੈ ਇੱਥੇ ਟਿੱਬੇ ਹੁੰਦੇ ਸੀ, ਜਿਹੜੇ ਪੁਰਾਣੇ ਬਜ਼ੁਰਗ ਹੈ ਨਾ, ਇੱਥੇ ਟਿੱਬੇ ਹੁੰਦੇ ਸੀ, ਕੋਈ ਖੇਤੀ ਨਹੀਂ ਹੁੰਦੀ। ਆ ਜਿਹੜੀਆਂ ਵੱਡੀਆਂ ਕੋਠੀਆਂ ਪਾਈਆਂ, ਘਰ ਪਾਏ ਹੈ, 30 ਸਾਲ ਪਹਿਲੇ ਜੇ ਬਾਪੂ ਬਾਦਲ ਨੇ ਆ ਕਸੀਆਂ ਬਣਾਈ ਕੱਢੀਆਂ, ਉਹਨੇ ਨਹਿਰਾਂ ਕੱਢੀਆਂ, ਕਸੀਆਂ ਕੱਢੀਆਂ, ਤੁਹਾਨੂੰ ਪੱਕੇ ਖਾਲੇ ਬਣਾਏ, ਅੰਡਰਗਰਾਊਂਡ ਪਾਈਪ ਸਿਸਟਮ ਕੀਤਾ, ਟਿਊਬਵੈੱਲ ਕਨੈਕਸ਼ਨ ਜਿੰਨੇ ਮਿਲੇ ਆ ਤੁਹਾਨੂੰ, ਇਕੱਲੇ ਇੱਕ ਇਨਸਾਨ ਨੇ ਦਿੱਤੇ, ਅਸਾ ਪ੍ਰਕਾਸ਼ ਸਿੰਘ ਬਾਦਲ ਨੇ। ਉਹਦੇ 'ਚ ਮੁਫ਼ਤ ਬਿਜਲੀ ਵੀ ਬਾਦਲ ਸਾਹਿਬ ਨੇ ਦਿੱਤੀ, ਆਹ ਮੰਡੀਆਂ ਵੀ ਸਾਰੀਆਂ ਬਾਦਲ ਸਾਹਿਬ ਨੇ ਬਣਾਈਆਂ। ਅਤੇ ਤੁਸੀਂ ਦੱਸੋ ਕਿੰਨੀ ਵਾਰ ਤੁਸੀਂ ਅਕਾਲੀ ਦਲ ਨੂੰ ਜਿਤਾਇਆ ਇੱਥੋਂ, ਲਗਾਤਾਰ ਕਾਂਗਰਸ ਨੂੰ ਤੁਸੀਂ ਜਿਤਾਉਂਦੇ ਰਹਿੰਦੇ ਹੋ। ਡਿੰਪੀ ਜਿਹੜਾ ਸਾਡੇ ਪਰਿਵਾਰ ਦਾ ਮੈਂਬਰ ਹੈ, ਹਰਬਰ ਹਰਾ ਦਿੰਦੇ ਹੋ, ਫਿਰ ਬੇਇਨਸਾਫ਼ੀ ਨਹੀਂ ਹੈ? ਕੰਮ ਕੋਈ ਕਰੇ, ਸੇਵਾ ਕੋਈ ਕਰੇ, ਆਪਾਂ ਤਾਂ ਗੱਲਾਂ 'ਚ ਆ ਜਾਂਦੇ ਹਾਂ ਅਤੇ ਫਿਰ ਕਹਿੰਦੇ ਹਾਂ ਕਿ ਸਾਨੂੰ ਚੰਗੀ ਸਰਕਾਰ ਚਾਹੀਦੀ ਹੈ, ਆਪਾਂ ਤਾਂ ਆਪਣਾ ਪੈਰ ਵੱਢਦੇ ਹਾਂ।
ਜਿਹੜਾ ਕੰਮ ਕਰਦੇ ਆ ਅਕਾਲੀ ਦਲ ਉਹਨੂੰ ਤਾਂ ਜਮਾਂ ਖੂੰਜੇ 'ਚ ਲਾ ਕੇ ਰੱਖਤਾ। ਹੁਣ ਤੁਸੀਂ ਦੱਸੋ ਗਰੀਬ ਜਨਤਾ ਬੈਠੀ ਹੈ, ਆਟਾ ਦਾਲ ਦੇਣ ਵਾਲੇ ਬਾਦਲ ਸਾਹਿਬ, ਸ਼ਗਨ ਦੇਣ ਵਾਲੇ ਬਾਦਲ ਸਾਹਿਬ, ਪੈਨਸ਼ਨ ਦੇਣ ਵਾਲੇ ਬਾਦਲ ਸਾਹਿਬ, 200 ਯੂਨਿਟ ਬਿਜਲੀ ਦੇ ਮਾਫ ਕਰਨ ਵਾਲੇ ਬਾਦਲ ਸਾਹਿਬ, 200 ਯੂਨਿਟ ਕੀ ਤੁਸੀਂ ਤਾਂ ਸਾਰਿਆਂ ਨੇ ਏਸੀ ਲਾਏ ਸੀ, ਕੋਈ ਬਿੱਲ ਭਰਦਾ ਹੀ ਨਹੀਂ ਹੁੰਦਾ ਸੀ, ਹੈ ਕੋਈ ਪੁੱਛਦਾ ਸੀ ਤੁਹਾਡਾ ਰਾਜ ਸੀ। ਹੁਣ ਇਹ ਜੇ ਤੁਸੀਂ ਫਿਰ ਵੀ ਆਪਾਂ ਜਦੋਂ ਵੋਟਾਂ ਦਾ ਟਾਈਮ ਆਊਗਾ, ਹਾਂਜੀ ਕਾਂਗਰਸ ਨੂੰ ਪਾਉਣੀ ਹੈ, ਝਾੜੂ ਨੂੰ ਪਾਉਣੀ ਹੈ, ਨੁਕਸਾਨ ਆਪਣਾ ਕਰੀ ਜਾਂਦੇ ਹਾਂ, ਸਾਡਾ ਕੋਈ ਵਿਗੜਨਾ ਨਹੀਂ, ਵਿਗੜ ਆਪਣਾ ਜਾਣਾ ਹੈ। ਹੁਣ 10 ਸਾਲ ਦੇਖ ਲਓ, ਬਾਦਲ ਸਾਹਿਬ ਮੁੱਖ ਮੰਤਰੀ ਸੀ 10 ਸਾਲ, ਉਹ 10 ਸਾਲਾਂ 'ਚ ਥਰਮਲ ਪਲਾਂਟ ਬਣ ਗਏ, ਆਹ 4 ਤੇ 6 ਲੇਨ ਦੇ ਹਾਈਵੇ ਬਣ ਗਏ, ਗਿੱਦੜਵੇ ਤੋਂ ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ, ਚੰਡੀਗੜ੍ਹ ਜਾਣਾ, ਇੱਥੋਂ ਜਲੰਧਰ ਜਾਣਾ, ਸੜਕਾਂ ਦੇਖੋ ਕਿਹੋ ਜਿਹੀਆਂ ਬਣਾਤੀਆਂ। ਪਹਿਲੇ ਕਿੰਨੇ ਰੇਲਵੇ ਫਾਟਕ ਤੁਹਾਨੂੰ ਮਿਲਦੇ ਹੁੰਦੇ ਸੀ, ਅੱਜ ਸਾਰਿਆਂ ਉੱਤੇ ਫਲਾਈਓਵਰ ਹੈ, ਆਹ ਤੁਹਾਡੇ ਪੱਖੇ ਚੱਲਦੇ ਹੁੰਦੇ ਸੀ, ਤੁਸੀਂ ਜਦੋਂ ਰੈਲੀਆਂ 'ਤੇ ਆਉਂਦੇ ਨਾ ਨਾਲ ਅਖਬਾਰ, ਸਵੇਰ ਦਾ ਅਖਬਾਰ ਪੜ੍ਹ ਲੈਂਦੇ ਸੀ, ਨਾਲੇ ਚੱਕ ਲੈਂਦੇ ਸੀ, ਪੂਰਾ ਦਿਨ ਉਸ ਅਖਬਾਰ ਨੂੰ ਐਂ ਕਰਦੇ ਰਹਿੰਦੇ ਸੀ। ਘਰੇ ਵੀ ਮੈਨੂੰ ਹਾਲੇ ਵੀ ਯਾਦ ਆ ਬਾਦਲ ਪਿੰਡ, ਉਹ ਵੱਡਾ ਕੱਪੜੇ ਦਾ ਪੱਖਾ ਜਿਹਾ ਹੁੰਦਾ ਸੀ, ਉਹ ਰੱਸੀ ਜੀ ਬੰਨੀ ਹੁੰਦੀ ਸੀ, ਉਹ ਐਂ ਕਰਕੇ 6 ਘੰਟੇ ਘਰ ਵਾਲਾ ਸੌਂਦਾ ਸੀ, 6 ਘੰਟੇ ਘਰ ਵਾਲੀ ਸੌਂਦੀ ਸੀ ਰਾਤ ਨੂੰ। ਉੱਥੇ ਹੁਣ ਏਸੀ ਲੱਗੇ, ਕੂਲਰ ਲੱਗੇ ਆ, 24 ਘੰਟੇ ਲਿਆਉਣ ਵਾਲਾ ਬਿਜਲੀ ਬਾਦਲ ਸਾਹਿਬ ਹੈ, ਬਾਪੂ ਬਾਦਲ ਹੈ। ਨਾਲੇ ਗਿੱਦੜਵੇ ਵਾਲਿਓ, ਤੁਹਾਡੇ ਤਾਂ ਕਹਾਵਤ ਬਣੀ ਸੀ ਪੁਲਾਂ ਉੱਤੋਂ ਪਾਣੀ ਟਪਾਤਾ, ਬਣੀ ਸੀ ਕਿ ਨਹੀਂ? ਪਰ ਜਿਹੜਾ ਆਉਂਦਾ ਝੂਠ ਬੋਲ ਲੈਂਦਾ। ਹੁਣ ਕੈਪਟਨ ਅਮਰਿੰਦਰ ਸਿੰਘ ਜਿਹਨੇ ਜ਼ਿੰਦਗੀ 'ਚ ਗੁਰੂ ਘਰ ਜਾ ਕੇ ਮੱਥਾ ਨਹੀਂ ਟੇਕਿਆ, ਉਹ ਗੁਟਕਾ ਸਾਹਿਬ ਦੀ ਸਹੁੰ ਖਾ ਲੈਂਦਾ, ਆਪਾਂ ਸਮਝਦਾ ਯਾਰ ਇਹ ਤੋਂ ਵੱਡਾ ਕੋਈ ਸਿੱਖ ਹੈ ਨਹੀਂ, ਅਤੇ ਲੈ ਲਿਆ 5-7 ਸਵਾਦ। ਅਤੇ ਉਹਦੇ ਬਾਅਦ ਕੰਧਾਂ 'ਤੇ ਲਿਖਤਾ ਕਿ ਇੱਕ ਮੌਕਾ ਝਾੜੂ ਨੂੰ ਦੇ ਦਿਓ, ਸਾਰੇ ਹੀ ਝਾੜੂ ਮਗਰ, ਐਂ ਨਹੀਂ ਪਤਾ MLA ਕੌਣ ਹੈ, ਲੋਕਾਂ ਨੂੰ MLA ਨੂੰ ਤਾਂ ਪਤਾ ਹੀ ਨਹੀਂ ਕਿਹਨੂੰ ਵੋਟ ਪਾਈ ਹੈ, ਝਾੜੂ 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 ਕਿੱਧਰ ਗਿਆ ਝਾੜੂ? ਹੁਣ ਇਕੱਲੇ ਤੀਲਾ ਤੀਲਾ ਨਹੀਂ, ਘਰੇ ਜਾ ਕੇ ਜਿੰਨੇ ਝਾੜੂ ਉਹਨੂੰ ਅੱਗ ਲਾ ਕੇ ਆਓ। ਹੁਣ ਆਪਾਂ ਝਾੜੂ ਨਹੀਂ ਰੱਖਣਾ, ਪੋਚੇ ਕਰਿਆ ਕਰੋ ਯਾਰ, ਪੋਚੇ ਬੀਬੀਆਂ ਨੂੰ ਕਹੋ। ਭਗਵੰਤ ਮਾਨ ਯਾਰ ਮੁੱਖ ਮੰਤਰੀ ਕਹਿਣ ਦੇ ਲਾਇਕ ਹੈ, ਕਿਸ ਜਿੱਥੇ ਬਾਦਲ ਸਾਹਿਬ ਵਰਗੀ ਸ਼ਖਸੀਅਤਾਂ ਬੈਠੀਆਂ ਹੋਣ ਜਿਹੜੀ ਕੁਰਸੀ ਦੇ ਦਫ਼ਤਰ 'ਚ, ਉਹਦੇ ਹੁਣ ਭਗਵੰਤ ਮਾਨ, ਮਤਲਬ ਪਹਿਲਾ ਮੁੱਖ ਮੰਤਰੀ ਪੰਜਾਬ ਦੇ ਇਤਿਹਾਸ ਹੈ ਜਿਹਦੇ ਪੱਗ ਹੁਣੀ ਬੰਨ ਲਾਇਆ, ਬਾਲ ਕੱਟੇ ਆ, ਦਾੜੀਆਂ ਪਤਾ ਨਾ ਕਿਹੜਾ ਸ਼ੇਵ ਕਰਦਾ, ਕਿੱਥੋਂ ਲਿਆਉਂਦਾ, 0 ਕੱਟ ਬਣਾਈ ਬੈਠਾ, ਪਹਿਲਾ ਮੁੱਖ ਮੰਤਰੀ ਹੈ। ਔਰ SI ਸਾਹਿਬ ਆ ਤੁਸੀਂ, ਆ ਯਾਰ ਇੱਕ ਦੱਸਿਓ, ਤੁਹਾਡੇ ਸ਼ਰਾਬ ਪੀ ਕੇ ਗੱਡੀ ਚਲਾ ਸਕਦਾ ਕੋਈ, ਹੈਂ? ਕੋਈ ਟਰੈਕਟਰ ਕੀ ਕਰਦੇ ਹੋ, ਅੰਦਰ ਕਰ ਦਿੰਦੇ ਹੋ, ਹੈਂ? ਤੁਹਾਡਾ ਮੁੱਖ ਮੰਤਰੀ ਰੋਜ਼ ਬੋਤਲ ਪੀ ਕੇ ਸਰਕਾਰ 'ਚ ਲਈ ਜਾਂਦਾ, ਰੋਜ਼ ਬੋਤਲ ਪੀ ਕੇ ਸਰਕਾਰ 'ਚ ਲਈ ਜਾਂਦਾ, ਉਹਨੂੰ ਫੜਦੇ ਨਹੀਂ, ਜਦੋਂ ਇੱਕ ਵੀ ਆਇਆ ਨਾ ਮੂੰਹ 'ਚ ਪਾਇਓ ਮਸ਼ੀਨ ਜੀ ਉਹਦੇ। ਹੁਣ ਪਰਸੋਂ 4-5 ਦਿਨ ਪਹਿਲੇ ਦੀ ਗੱਲ ਹੈ,
ਤੁਸੀਂ ਦੇਖਿਆ ਹੋਣਾ ਆਪਣੇ ਬਠਿੰਡੇ, ਉਹ ਡਿੰਪੀ ਜੀ ਗਰਮੀ ਨਹੀਂ ਚੜੀ ਸੀ, ਉਹ ਸਵੇਰ ਦੁਪਹਿਰੇ ਜ਼ਿਆਦਾ ਪੀ ਲਈ ਸੀ। ਉਹ ਜਾ ਕੇ ਜਦੋਂ ਉਹਨੂੰ ਕਿਹਾ ਕਿ ਸ਼ਾਮ ਨੂੰ ਰੋਡ ਸ਼ੋਅ ਹੈ, ਉਹ ਕਹਿੰਦੇ ਲੋਕ ਕਹਿੰਦੇ ਤੁਹਾਨੂੰ ਜਾਣਾ ਪੈਣਾ। ਉਹ ਚੜ੍ਹ ਗਿਆ ਗੱਡੀ 'ਚ, ਉੱਤੇ ਬੋਨਟ 'ਤੇ ਚੜ੍ਹ ਗਿਆ, ਭੰਗੜੇ ਪਾਉਣ ਲੱਗ ਗਿਆ, ਫਿਰ ਉਹ ਹਿੱਲਣ ਲੱਗ ਗਿਆ। ਫਿਰ ਉਹਨੇ ਕਿਹਾ ਪਾਣੀ ਲਿਆ, ਬੋਤਲ ਲਿਆਂਦੀ ਤਾਂ ਸਾਰਾ ਬੋਤਲ ਪਾਣੀ ਦੀ ਆਪਣੇ ਸਿਰ 'ਚ ਪਾ ਦੀ। ਇਹੋ ਜਿਹੇ ਬੰਦੇ ਨੂੰ ਤੁਸੀਂ ਬਣਾਇਆ ਮੁੱਖ ਮੰਤਰੀ, ਜਿਹੜਾ ਗੁਰੂ ਘਰ ਸ਼ਰਾਬ ਪੀ ਕੇ ਚਲੇ ਜਾਂਦਾ, ਡੱਕਾ ਤੋੜਿਆ ਨਹੀਂ। ਇੱਕ ਇਹਨੇ ਡੱਕ ਇੱਕ ਚੀਜ਼ ਨਹੀਂ ਦੇਣੀ ਇਹਨਾਂ ਨੂੰ, ਇਹਨੇ ਇੱਕ ਚੀਜ਼। ਹੁਣ ਇਹਦਾ ਮੁੱਖ ਮੰਤਰੀ ਦਾ ਉਵੇਂ ਚੁਟਕਲੇ ਸੁਣਾਉਣ ਵਾਲਾ ਆ ਜਿਹੜਾ ਕੈਂਡੀਡੇਟ ਹੈ ਇੱਥੇ, ਉਹ ਕਿਹੜਾ ਜਿਹੜਾ ਹੈਗਾ ਕਰਮਜੀਤ ਨੂੰ, ਉਹ ਜਿਹਾ ਹੀ ਉਹ ਹੈ। ਇਕੱਠੇ ਦਾਰੂ ਪੀਂਦੇ ਆ, ਇਕੱਠੇ ਸਾਰਾ ਕੰਮ ਕਰਦੇ ਆ, ਭਗਵੰਤ ਮਾਨ ਦਾ ਡੁਪਲੀਕੇਟ ਹੈ। ਹੁਣ ਜੇ ਤੁਸੀਂ 5 ਸਾਲ ਹੋ ਜਾ ਬੰਦਾ ਚਾਹੁੰਦੇ ਹੋ, ਫਿਰ ਸਾਡੇ ਵੀ ਹੱਥ ਖੜੇ ਹੈ ਯਾਰ। ਸੇਵਾ ਅਕਾਲੀ ਦਲ ਕਰੇ, ਤੁਹਾਡਾ ਸੰਘਰਸ਼ ਤੁਹਾਡਾ ਕਰੇ, ਐਸ਼ ਦੂਜੇ ਕਰਨ। ਲੀਡਰ ਇੱਕ ਰਾਤ 'ਚ ਨਹੀਂ ਬਣਦੇ। ਜੇ ਜੇ ਇੱਕ ਲਹਿਰ ਤੁਸੀਂ ਲੀਡਰ ਬਣਾਉਣਾ ਚਾਹੋਗੇ ਨਾ, ਭਗਵੰਤ ਮੰਗ ਵੱਗੂ ਹੋਊਗੀ। ਲੀਡਰ ਬਣਦੇ ਆ ਤਪੱਸਿਆ ਨਾਲ, ਜਿਹੜੇ ਲੀਡਰ ਅੱਗ ਵਿੱਚੋਂ ਨਿਕਲਦੇ ਆ ਲੀਡਰ ਬਣੇ ਆ, ਜਿਵੇਂ ਬਾਦਲ ਸਾਹਿਬ ਬਣੇ। 70 ਸਾਲ ਅਕਾਲੀ ਦਲ ਦੀ ਸੇਵਾ ਕੀਤੀ, 70 ਸਾਲ। 16 ਸਾਲ ਜੇਲ੍ਹਾਂ ਕੱਟੀਆਂ, ਡਾਂਗਾਂ ਖਾਧੀਆਂ, ਹਰ ਇਲੈਕਸ਼ਨ ਲੜੇ, ਤੁਹਾਡਾ ਦਿਲ ਜਿੱਤਿਆ, ਤਾਂਹੀਓ 5 ਵਾਰ ਮੁੱਖ ਮੰਤਰੀ ਬਣੇ। ਕਿੱਥੇ ਉਹ ਇਨਸਾਨ, ਕਿੱਥੇ ਇਹ ਜੇ ਨਲਾਇਕ। ਆ ਪਿੱਛੇ ਕਹੀ ਜਾਂਦੇ ਆ ਕਿ ਵਿਆਹ ਕਰਾ ਲਏ, ਹਲੇ ਤਾਂ ਪਤਾ ਨਹੀਂ ਆ ਵੀ ਤੀਜਾ ਨਾ ਵਿਆਹ ਹੋ ਜਾਏ। ਤੁਸੀਂ ਇਹਨਾਂ ਦੇ MLA ਦੇਖ ਲਓ, ਅੱਧੇ ਇਹਨਾਂ ਦੇ ਕਰਾ ਲਏ, ਹੁਣੀ ਸੈਕਿੰਡ ਰਾਊਂਡ ਸ਼ੁਰੂ ਹੈ ਹੁਣ। ਜਿਹੜੇ ਮੈਂ ਗੱਲ ਕਰਨਾ ਚਾਹੁੰਦਾ, ਦੇਖੋ ਆਪਣੇ ਆਪਣੇ ਆ, ਚੰਗੇ ਆ ਮਾੜੇ ਆ ਤੁਹਾਡੇ ਆ, ਤੁਹਾਡੇ ਵਿੱਚ ਹੀ ਰਹਿਣਾ। ਅਕਾਲੀ ਦਲ ਪਾਰਟੀ ਤੁਹਾਡੀ ਹੈ, ਆ ਜਿਹੜੀ ਜੰਗ ਲੜ ਰਹੇ ਹੈ ਸਹੀ ਮਿਣ ਤੇ, ਇੱਕ ਪਾਸੇ ਤੁਹਾਡੀ ਫੌਜ ਆ ਅਕਾਲੀ ਦਲ, ਦੂਜੇ ਪਾਸੇ ਦਿੱਲੀ ਵਾਲੀਆਂ। ਫੈਸਲਾ ਤੁਸੀਂ ਕਰਨਾ, ਤੁਸੀਂ ਕਰਨਾ ਕਿ ਆਪਣੀ ਫੌਜ ਨੂੰ ਤਕੜਾ ਰੱਖਣਾ ਕਿ ਦਿੱਲੀ ਵਾਲਿਆਂ ਦਾ ਕਬਜ਼ਾ ਫਿਰ ਤੋਂ ਕਰਾਉਣਾ। ਦੇਖੋ ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਖਾਲਸਾ ਜੀ, ਦੱਸਾਂ ਕਿੱਡਾ ਵੱਡਾ ਨੁਕਸਾਨ ਹੋਇਆ। RSS ਨੇ ਜਦੋਂ ਦੇਖਿਆ ਅਕਾਲੀ ਦਲ ਤਾਂ ਜਮਾਂ ਹੀ ਪੰਜਾਬ ਥੱਲੇ ਲਾਤਾ, RSS ਨੇ ਤਖ਼ਤ ਹਜ਼ੂਰ ਸਾਹਿਬ ਤੇ ਕਬਜ਼ਾ ਕਰ ਲਿਆ, RSS ਨੇ ਤਖ਼ਤ ਪਟਨਾ ਸਾਹਿਬ ਤੇ ਕਬਜ਼ਾ ਕਰ ਲਿਆ, RSS ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ। RSS ਦੀ ਸਰਕਾਰ, ਦਿੱਲੀ ਵਾਲੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣੇ ਦੀ ਅਲੱਗ ਬਣਾ ਦਿੱਤੀ, ਜਿੱਥੇ RSS ਕਾਬਜ਼ ਹੋ ਗਈ ਹੈ। ਹੁਣ ਤੁਸੀਂ ਚਾਹੋਗੇ ਕਿ ਹੁਣ RSS ਹੀ ਤੁਹਾਡੀ ਦੱਸੇ ਕਿਵੇਂ ਅਰਦਾਸ ਕਰਨੀ ਹੈ। ਤੁਹਾਡੇ ਧਰਮ 'ਤੇ ਐਡਾ ਵੱਡਾ ਹਮਲਾ ਹੋ ਗਿਆ ਕਿਉਂਕਿ ਤੁਸੀਂ ਆਪਣੀ ਫੌਜ ਕਮਜ਼ੋਰ ਕਰਤੀ, ਫੌਜ ਕਮਜ਼ੋਰ ਕਰਤੀ। ਜਿਹੜੀਆਂ ਕੌਮਾਂ ਖਤਮ ਹੁੰਦੀਆਂ ਐਂ ਹੁੰਦੀਆਂ, ਜਦੋਂ ਆਪਣੇ ਹੀ ਲੋਕ ਵਿੱਚ ਪਛਾਣਦੇ ਨਹੀਂ, ਗੱਦਾਰੀ ਕਰਦੇ ਹੈ। ਹੁਣ ਦਾਦੂਵਾਲ ਹੈ, ਦਾਦੂਵਾਲ ਨੂੰ ਆਪਾਂ ਵੱਡਾ ਪੰਥ ਸਮਝਦੇ ਸੀ ਅਤੇ ਅਕਾਲੀ ਦਲ ਨੂੰ ਕਹਿੰਦੇ ਪੰਥ ਹੀ ਹੈ ਨਹੀਂ। ਦਾਦੂਵਾਲ ਦੇ ਅੱਖੇ ਲੱਗਦੇ ਸੀ, ਉਹ ਮੰਡ ਦੇ ਅੱਖੇ ਲੱਗਦੇ ਸੀ,
ਭਾਈ ਮੋਹਕਰ ਸਿੰਘ ਸਾਰੇ ਸਾਰੇ ਏਜੰਸੀਆਂ ਦੇ ਬੰਦੇ ਆ, ਆਈ ਪੀ ਦੇ ਬੰਦੇ ਆ, ਉਹ ਖੜਾ ਕਰਦੇ ਆ ਕੌਮ ਵਿੱਚ ਦੋ ਫਾੜ ਕਰਨ ਵਾਸਤੇ, ਆਪਾਂ ਗੱਲਾਂ 'ਚ ਆ ਜਾਂਦੇ ਹਾਂ। ਤੁਸੀਂ ਸਾਰੇ ਗਿੱਦੜ ਵੇਲੇ ਬਾਦਲ ਸਾਹਿਬ ਨੂੰ ਜਾਣਦੇ ਹੋ ਕਿ ਬਾਦਲ ਸਾਹਿਬ ਬੇਅਦਬੀ ਕਰਾ ਸਕਦੇ ਆ, ਪਰ ਸੁਨੇਹ ਜੀ ਅਕਾਲੀ ਦਲ ਨੇ ਸਰਕਾਰ ਨੇ ਬੇਅਦਬੀ ਕਰਾਤੀ। ਯਾਰ ਬਾਦਲ ਸਾਹਿਬ ਗੁਰੂ ਘਰ ਦੀ ਸੇਵਾ ਕਰਨ ਵਾਲੇ ਹੈ, ਘਰੇ ਸਵੇਰੇ ਅਰਦਾਸ ਕਰਕੇ, ਮਹਾਰਾਜ ਦਾ ਪ੍ਰਕਾਸ਼ 24 ਘੰਟੇ ਹੈ ਉੱਥੇ ਘਰਾਂ 'ਚ ਹੈ, ਅਤੇ ਸੇਵਾ ਕਰਕੇ ਅਰਦਾਸ ਕਰਕੇ ਨਿਕਲਦੇ ਆ। ਉਹਨਾਂ ਨੂੰ ਤਾਂ ਕਹਿਤਾ ਤੁਸੀਂ ਦੋਸ਼ੀ ਹੋ, ਅਤੇ ਭਗਵੰਤ ਮਾਨ ਮਰ ਗਏ, ਅਤੇ ਕਾਂਗਰਸੀ ਜਿਹਨਾਂ ਟੈਂਕਾਂ ਤੋਂ ਉੱਪਰ ਦਰਬਾਰ ਸਾਹਿਬ ਹਮਲਾ ਕੀਤਾ, ਹਜ਼ਾਰਾਂ ਦਾ ਕਤਲ ਕੀਤਾ, ਉਹਨਾਂ ਨੂੰ ਕਹਿੰਦੇ ਜੀ ਆਹ ਬਹੁਤ ਵਧੀਆ ਬੰਦੇ ਆ, ਫਿਰ ਕੀ ਬੇਇਨਸਾਫੀ, ਕੀ ਇਨਸਾਫ ਹੈ। ਇਸ ਕਰਕੇ ਜੇ ਤੁਸੀਂ ਵਾਪਸ ਖੁਸ਼ੀਆਂ ਚਾਹੁੰਦੇ ਹੋ, ਜੇ ਤੁਸੀਂ ਵਾਪਸ ਉਹ ਤਰੱਕੀ ਵਾਲਾ ਸਮਾਂ ਚਾਹੁੰਦੇ ਹੋ, ਵਾਪਸ ਇੱਥੇ ਨੌਜਵਾਨਾਂ ਨੂੰ ਵਾਪਸ ਇੱਥੇ ਇੰਡਸਟਰੀ ਲਵਾ ਕੇ ਜੋਬ ਦੇਣਾ ਚਾਹੁੰਦੇ ਹੋ, ਇੱਥੇ ਇਲਾਕੇ 'ਚ ਹਰ ਕਮੀ ਦੂਰ ਕਰਨਾ ਚਾਹੁੰਦੇ ਹੋ, ਅਤੇ ਤੁਹਾਡੇ ਕੋਲ ਚਾਰਾ ਨਹੀਂ ਹੈ ਅਕਾਲੀ ਦਲ ਦੇ ਬਗੈਰ। ਆਹ ਤੁਸੀਂ ਦੇਖ ਹੀ ਲਿਆ, ਤੁਹਾਡੇ ਤਾਂ ਮਤਲਬ ਮੋਗੇ ਮਾਗੇ ਸਾਰੇ ਉੱਚੇ ਹੋ ਗਏ, ਮਤਲਬ ਵਿਹਲੇ ਕਰਤੇ ਸਾਰੇ, ਹੁਣ ਪਾਣੀ ਨਹੀਂ ਆਉਂਦਾ। ਅੱਛਾ ਇੱਕ ਹੋਰ ਗੱਲ ਕਹਿਣਾ ਚਾਹੁੰਦਾ, ਭਗਵੰਤ ਮਾਨ ਨੇ ਤੁਹਾਨੂੰ ਪਤਾ ਕੇਜਰੀਵਾਲ ਨੇ ਹੁਕਮ ਦੇ ਦਿੱਤਾ ਕਿ ਪੰਜਾਬ ਦਾ ਪਾਣੀ ਅਸੀਂ ਹਰਿਆਣੇ ਦੇਣਾ। ਅੱਜ ਤੁਹਾਨੂੰ ਬਹੁਤ ਵੱਡਾ ਗੱਲ ਦੱਸਣ ਲੱਗਿਆ, ਆਹ ਜਿਹੜਾ ਇਹਨਾਂ ਦੀ ਸਰਕਾਰ ਨੇ ਨਹਿਰੀ ਪਟਵਾਰੀ ਬਣਾਏ ਅਤੇ ਉਹਨਾਂ ਤੋਂ ਸਰਟੀਫਿਕੇਟ ਲੈ ਰਹੇ ਹੈ ਕਿ ਟੇਲਾਂ 'ਤੇ ਪਾਣੀ ਪੂਰਾ, ਸਾਡੇ ਕੋਲ ਵਾਧੂ ਪਾਣੀ ਹੈ। ਅੱਜ ਜਿਹੜੇ ਨਹਿਰੀ ਪਟਵਾਰੀਆਂ ਨੂੰ ਸਸਪੈਂਡ ਕੀਤਾ, ਉਹਨਾਂ ਸੂਰਮਿਆਂ ਨੂੰ ਸਸਪੈਂਡ ਕੀਤਾ ਜਿਨ੍ਹਾਂ ਨੇ ਕਿਹਾ ਅਸੀਂ ਲਿਖ ਕੇ ਨਹੀਂ ਦੇ ਸਕਦੇ ਕਿ ਸਾਡੇ ਟੇਲਾਂ 'ਤੇ ਪਾਣੀ ਪੂਰਾ ਜਾ ਰਿਹਾ, ਕਿਉਂਕਿ ਸੁਪਰੀਮ ਕੋਰਟ 'ਚ ਕਹਿਣਾ ਚਾਹੁੰਦੇ ਹੈ ਕਿ ਪਾਣੀ ਸਾਡੇ ਕੋਲ ਵਾਧੂ ਹੈ, ਤੁਸੀਂ ਹਰਿਆਣੇ ਨੂੰ ਦੇ ਸਕਦੇ ਹੋ। ਆਹ ਗੱਲ ਚੱਲ ਪਈ ਹੈ, ਤਾਂ ਇਸ ਕਰਕੇ ਜੇ ਤੁਸੀਂ ਜਿਹੜਾ ਥੋੜ੍ਹਾ ਮੋਟਾ ਪਾਣੀ ਵੀ ਤੁਸੀਂ ਆਪਣਾ ਦੇ ਦਿਓਗੇ ਤਾਂ ਫਿਰ ਇੱਥੇ ਰਹਿਣਾ ਬੜਾ ਔਖਾ ਹੋ ਜਾਊਗਾ। ਇਸ ਕਰਕੇ ਮੈਂ ਬੇਨਤੀ ਕਰਦਾ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਭਜਾਈਏ ਪੰਜਾਬ ਤੋਂ ਬਾਹਰ, ਜਿਵੇਂ ਆਹ ਪਿਛਲੀ ਵਾਰ ਇਹਨਾਂ ਨੇ ਬਾਰਡਰ ਸੀਲ ਕੀਤਾ ਅਤੇ ਆਪਣੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ। ਆਪਾਂ ਵੀ 1 ਤਰੀਕ ਨੂੰ ਬਾਰਡਰ ਸੀਲ ਕਰ ਦਈਏ, ਕੋਈ ਦਿੱਲੀ ਵਾਲੀ ਪਾਰਟੀ ਨੂੰ ਵੋਟ ਨਹੀਂ ਪਾਉਣੀ, ਸਾਰੀਆਂ ਹੀ ਵੋਟਾਂ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪਾ ਕੇ ਆਪਾਂ ਕਾਮਯਾਬ ਕਰਾਓ, ਤਾਂ ਹੀ ਬਚੂਗਾ ਪੰਜਾਬ, ਤਾਂ ਹੀ ਖਾਲਸਾ ਜੀ ਤੁਸੀਂ ਬਚੋਗੇ, ਪੰਥ ਬਚੂਗਾ, ਕਿਉਂਕਿ ਤੁਹਾਡੀ ਫੌਜ ਨੂੰ ਤਕੜਾ ਹੋਣਾ ਬਹੁਤ ਜ਼ਰੂਰੀ ਹੈ। ਅਤੇ ਇਸ ਕਰਕੇ ਤੁਹਾਡੇ ਹਲਕੇ ਤੋਂ ਐਮ ਪੀ ਰਾਜਵਿੰਦਰ ਸਿੰਘ ਜਿਹੜੇ ਧਰਮਕੋਟ ਤੋਂ ਹੈ, ਪੁਰਾਣਾ ਟਕਸਾਲੀ ਪਰਿਵਾਰ ਹੈ, ਅਤੇ ਮੈਂ ਡਿੰਪੀ ਜੀ ਤੁਹਾਨੂੰ ਵਧਾਈ ਦੇਣਾ ਚਾਹੁੰਦਾ, ਬੜੀ ਮਿਹਨਤ ਕਰ ਰਹੇ ਹੈ, ਮੇਰਾ ਤਾਂ ਭਰਾ ਹੀ ਹੈ ਅਤੇ ਮੈਂ ਦੇਖਿਆ ਤੁਸੀਂ ਅੱਜ ਦਾ ਇਕੱਠ, ਤੁਹਾਨੂੰ ਵਧਾਈ ਦਿੰਦਾ, ਤੁਹਾਡੀ ਟੀਮ ਨੂੰ ਵਧਾਈ ਦਿੰਦਾ, ਤੁਸੀਂ ਜਿਹੋ ਜਿਹਾ ਮਾਹੌਲ ਬਣਾਤਾ। ਅੱਜ ਤੋਂ ਮੈਂ ਫਰੀਦਕੋਟ ਪਾਰਲੀਮੈਂਟ ਦੀ ਰੈਲੀਆਂ ਸ਼ੁਰੂ ਹੈ, ਪਹਿਲੀ ਬੋਣੀ ਤੁਸੀਂ ਇਹ ਜੀ ਕਰਤੀ, ਅਤੇ ਮੈਂ ਤੁਹਾਨੂੰ ਇੰਨਾ ਦੱਸ ਦਿੰਦਾ ਪੰਜਾਬ ਵਿੱਚ ਬਹੁਤ ਬਦਲਾਅ ਚੱਲ ਰਿਹਾ, ਆਮ ਆਦਮੀ ਪਾਰਟੀ ਵਾਲਾ ਨਹੀਂ, ਅਕਾਲੀ ਦਲ ਦੇ ਨਾਲ ਲੋਕ ਸਮਝ ਗਏ ਹੈ ਕਿ ਅਕਾਲੀ ਦਲ ਹੀ ਆਪਣੀ ਪਾਰਟੀ ਹੈ। ਬੜੀਆਂ ਹੋਰ ਤਾਕਤਾਂ ਲੱਗੀਆਂ, ਜਿਹੜਾ ਕੋਈ ਹੋਰ ਬੰਦੇ ਨੂੰ ਖੜਾ ਕਰਕੇ ਤੁਹਾਡੀ ਪੰਥਕ ਵੋਟ ਨੂੰ ਤੋੜਨਾ ਚਾਹੁੰਦੇ ਹੈ ਉਹ ਸਾਜਿਸ਼ ਏਜੰਸੀਆਂ ਦੀ ਹੈ, ਉਹ ਸਾਜਿਸ਼ ਸਮਝ ਲਓ, ਜੇ ਹਲੇ ਨਾ ਸਮਝੇ ਬਹੁਤ ਵੱਡਾ ਕੌਮ ਦਾ, ਪੰਥ ਦਾ, ਪੰਜਾਬ ਦਾ ਨੁਕਸਾਨ ਹੋ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਗਿੱਦੜਬਾਹਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ। ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕੀਤਾ ਹੈ ਤੇ ਵਿਰੋਧੀ ਪਾਰਟੀਆਂ ਤੇ ਜੰਮ ਕੇ ਬਰਸਦੇ ਸੁਖਬੀਰ ਸਿੰਘ ਬਾਦਲ ਨਜ਼ਰ ਆਏ ਨੇ। ਕਿਹਾ ਕਿ ਜਿੰਨੀ ਵੀ ਕੌਮੀ ਪਾਰਟੀਆਂ ਨੇ, ਦਿੱਲੀ ਦੀਆਂ ਪਾਰਟੀਆਂ ਨੇ, ਸਾਰਿਆਂ ਦਾ ਇੱਕੋ ਇੱਕ ਮਕਸਦ ਹੈ ਸੱਤਾ ਦੇ ਵਿੱਚ ਬਣੇ ਰਹਿਣਾ। ਕੋਈ ਵੀ ਦੇਸ਼ ਦੀ ਭਲਾਈ ਲਈ ਨਹੀਂ ਅੱਗੇ ਆ ਰਿਹਾ, ਇੱਕਜੁੱਟਤਾ ਦੇ ਲਈ।